खुद को कर बुलंद इतना, खुद को कर बुलंद इतना कि खुदा हर फैसले से पहले पूछे बता तेरी रजा क्या है। सत श्री अकाल जी सारिआं नूं, मेरा नाम मनजीत कौर उर्फ मेन्स फिटनेस। मैं 52 दी होण वाली हाँ ते मैं फिटनेस नूं अपना पैशन मानदी हाँ ते मेरी ख्वाहिश है कि जब तक मैं जीवां बस एक्सरसाइज करदी करदी ही जावां इस दुनिया तो। ਇਹ ਹੈ ਪੰਜਾਬ ਦੀ ਧੀ ਮਨਜੀਤ ਕੌਰ, ਉਮਰ 51 ਸਾਲ। ਇਸ ਦੀ ਫਿਟਨੈਸ ਦੇ ਦੂਰ ਦੂਰ ਤੱਕ ਚਰਚੇ ਹੋ ਚੁੱਕੇ ਨੇ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੱਖ ਵੱਖ ਖੇਡਾਂ ਖੇਡੀਆਂ, ਵੱਖ ਵੱਖ ਅਵਾਰਡ ਇਸ ਨੂੰ ਪ੍ਰਾਪਤ ਹੋ ਚੁੱਕੇ ਨੇ। ਲੁਧਿਆਣਾ ਦੇ ਪੱਖੋਵਾਲ ਰੋਡ ਦੇ ਕੋਲ ਮਨਜੀਤ ਕੌਰ ਦਾ ਘਰ ਹੈ ਔਰ ਜਿਮ ਦੇ ਵਿੱਚ ਹੀ ਬਹੁਤਾ ਸਮਾਂ ਬਤੀਤ ਕੀਤਾ ਜਾਂਦਾ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨਜੀਤ ਕੌਰ ਇੱਕ ਪੰਜਾਬੀ ਫਿਲਮ ਦੇ ਵਿੱਚ ਵੀ ਰੋਲ ਨਿਭਾ ਚੁੱਕੀ ਹੈ, ਤਾਮਿਲ ਸੀਰੀਅਲ ਦੇ ਵਿੱਚ ਕੰਮ ਕਰ ਚੁੱਕੀ ਹੈ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਸ ਪੰਜਾਬ ਦੀ ਧੀ ਨੇ ਜਿੱਤ ਦੇ ਝੰਡੇ ਗੱਡੇ ਨੇ। ਵੱਖ ਵੱਖ ਖੇਡਾਂ ਦੇ ਵਿੱਚ ਪੰਜਾਬ ਦਾ, ਭਾਰਤ ਦਾ ਨਾਮ ਰੌਸ਼ਨ ਕੀਤਾ। ਇਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿੱਤ ਤੋਂ ਬਾਅਦ ਨਹੀਂ ਸਗੋਂ ਜਿੱਤ ਮੌਕੇ, ਭਾਵ ਕਿ ਜਦੋਂ ਖਿਡਾਰੀ ਤਿਆਰੀ ਕਰਦੇ ਨੇ ਕਿਸੇ ਖੇਡ ਦੇ ਵਿੱਚ ਭਾਗ ਲੈਣ ਦੇ ਲਈ, ਉਸ ਮੌਕੇ ਉਸਦੀ ਸਹਾਇਤਾ ਕੀਤੀ ਜਾਵੇ। ਵੱਧ ਤੋਂ ਵੱਧ ਫੰਡ ਨੇ ਜਿਹੜੇ ਉਹ ਉਸ ਖਿਡਾਰੀ ਨੂੰ ਦਿੱਤੇ ਜਾਣ ਤਾਂ ਜੋ ਉਹ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਭਾਰਤ ਦਾ, ਪੰਜਾਬ ਦਾ ਨਾਮ ਰੌਸ਼ਨ ਕਰੇ। ਆਖਿਰਕਾਰ 51 ਸਾਲ ਦੀ ਮਨਜੀਤ ਕੌਰ ਦੀ ਫਿਟਨੈਸ ਦਾ ਕੀ ਹੈ ਰਾਜ਼, ਆਓ ਸੁਣੋ ਉਸ ਦੀ ਜ਼ੁਬਾਨੀ। ਮੈਨੂੰ ਐਕਸਰਸਾਈਜ਼ ਦਾ ਸ਼ੌਂਕ, ਮੇਰੇ ਖਿਆਲ ਮੈਂ ਜਦੋਂ ਦੀ ਹੋਸ਼ ਨਹੀਂ ਸੰਭਾਲੀ, ਮੇ ਬੀ ਆਈ ਵਾਜ਼ 3-4 ਈਅਰ ਓਲਡ ਵੈਨ ਆਈ ਸਟਾਰਟਡ ਐਕਸਰਸਾਈਜ਼, ਕਿਉਂਕਿ ਮੇਰੇ ਡੈਡ ਉਹ ਹਾਕੀ ਦੇ ਨੈਸ਼ਨਲ ਲੈਵਲ ਦੇ ਗੋਲਕੀਪਰ ਸੀਗੇ ਅਤੇ ਆਪਣਾ ਸਵਿਮਰ ਸੀਗੇ, ਗੱਤਕਾ ਬਹੁਤ ਅੱਛਾ ਖੇਲਦੇ ਸੀ, ਘਰ ਉਹ ਹਮੇਸ਼ਾ ਐਕਸਰਸਾਈਜ਼ ਕਰਦੇ ਹੁੰਦੇ ਸੀ। ਉਹਨਾਂ ਤੋਂ ਸ਼ਾਇਦ ਦੇਖ ਕੇ ਮੇਰੇ ਦਿਮਾਗ 'ਚ ਵੀ, ਕਿਉਂਕਿ ਪਾਠ ਵੀ ਬਹੁਤ ਕਰਦੇ ਸੀ, ਉਹਨਾਂ ਤੋਂ ਪਾਠ ਕਰਨਾ ਵੀ ਸਿੱਖਿਆ ਅਤੇ ਉਹਨਾਂ ਤੋਂ ਐਕਸਰਸਾਈਜ਼ ਕਰਨੀ ਵੀ ਸਿੱਖੀ। ਅਤੇ ਬਸ ਮੇਰਾ ਬਸ ਬਚਪਨ ਤੋਂ ਸਟਾਰਟ ਕਰਦੀ ਕਰਦੀ, ਫਿਰ ਸਕੂਲ 'ਚ ਮੈਂ ਐਥਲੈਟਿਕਸ 'ਚ ਚਲੀ ਗਈ, ਲੌਂਗ ਜੰਪ ਵਗੈਰਾ, ਰਨਿੰਗ ਕਰਨੀ, ਖੋ ਖੋ ਖੇਲਣਾ, ਐਂਡ ਉਸ ਤੋਂ ਬਾਅਦ ਜਦੋਂ ਕਾਲਜ ਆਈ ਫਿਰ NCCC ਸਰਟੀਫਿਕੇਟ, NSS ਵਲੰਟੀਅਰ, ਯੂਥ ਜਿਹੜੇ ਸਾਡਾ ਯੂਥ ਫੈਸਟੀਵਲਸ ਹੁੰਦੇ ਸੀ ਉਹਨਾਂ 'ਚ ਕਲਚਰਲ ਪਾਰਟੀਸਪੇਟ ਕਰਨਾ, ਫਿਰ ਮੈਂ ਕਰਾਟੇ ਸਿੱਖਣੇ ਸ਼ੁਰੂ ਕਰ ਦਿੱਤੇ ਅਤੇ ਮੈਂ ਨੈਸ਼ਨਲ ਲੈਵਲ ਦੀ ਬਲੈਕ ਬੈਲਟ ਕਰਾਟੇ ਰਹੀ। ਅਤੇ ਜਦੋਂ ਮੈਂ ਯੂਨੀਵਰਸਿਟੀ ਗਈ ਚੰਡੀਗੜ੍ਹ ਅਤੇ ਉੱਥੇ ਮੈਂ ਸਵਿਮਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਮਤਲਬ ਮੈਨੂੰ ਲੱਗਦਾ ਵੀ ਮੇਰਾ ਪੈਸ਼ਨ ਹਮੇਸ਼ਾ ਸਪੋਰਟਸ ਹੀ ਬਹੁਤ ਜ਼ਿਆਦਾ ਰਿਹਾ, ਪਰ ਇਹ ਜਦੋਂ ਬਹੁਤ ਵੱਡੀ ਏਜ 'ਚ ਜਾ ਕੇ ਪਤਾ ਲੱਗਾ, ਕਿਉਂਕਿ ਹਜੇ ਤੱਕ ਮੈਂ ਐਡਿਕਟ ਟੂ ਮਾਈ ਦਿਸ ਪੈਸ਼ਨ ਓਨਲੀ, ਅਤੇ ਮੈਨੂੰ ਲੇਟ ਪਤਾ ਲੱਗਿਆ ਵੀ ਮੈਂ ਇਸ ਚੀਜ਼ ਲਈ ਹੀ ਪੈਦਾ ਹੋਈ ਸੀ। ਮੈਂ ਪਹਿਲਾਂ ਜਦੋਂ ਆਫਟਰ ਮੈਰਿਜ ਬੈਡਮਿੰਟਨ ਵਗੈਰਾ ਖੇਡਣਾ ਸ਼ੁਰੂ ਕੀਤਾ ਸੀ, ਸਵਿਮਿੰਗ ਕਰਦੀ ਰਹਿੰਦੀ ਸੀ, ਕਿਉਂਕਿ ਮੇਰੇ ਹਸਬੈਂਡ IAS ਅਲਾਈਡ ਆਫਿਸਰ ਹੈ, ਸਾਡੀਆਂ ਆਪਣੀਆਂ ਕਾਲਨੀਜ਼ ਹੁੰਦੀਆਂ ਸੀ ਉਹਦੇ 'ਚ ਵਿਦ ਆਲ ਕਲੱਬ ਫੈਸਿਲਿਟੀਜ਼ ਹੁੰਦੀਆਂ ਸੀ। ਅਤੇ ਉਸ ਤੋਂ ਬਾਅਦ ਸਾਡੀ ਫਿਰ ਪਟਨਾ ਟ੍ਰਾਂਸਫਰ ਹੋ ਗਈ, ਪਹਿਲਾਂ ਚੇਨਈ ਸੀ, ਜਦੋਂ ਪਟਨਾ ਹੋ ਗਈ ਤਾਂ ਉੱਥੇ ਮੈਂ ਗੋਲਫ ਖੇਡਣਾ ਸ਼ੁਰੂ ਕਰ ਦਿੱਤਾ। ਗੋਲਫ ਮੈਂ ਬਹੁਤ ਅੱਛੀ ਪਲੇਅਰ ਬਣੀ, ਫਿਰ 2014 ਤੋਂ ਮੈਂ ਜਦੋਂ ਜਿਮ ਜੁਆਇਨ ਕੀਤਾ ਉਸ ਤੋਂ ਬਾਅਦ ਮੇਰਾ ਫਿਟਨੈਸ ਬਹੁਤ ਜ਼ਿਆਦਾ ਪੈਸ਼ਨ ਹੋ ਗਿਆ। 2016 'ਚ ਮੈਂ ਆਪਣਾ ਛੋਟਾ ਜਿਹਾ ਆਪ ਸੈਟਅਪ ਕਰ ਲਿਆ ਅਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ ਨਾਲ ਨਾਲ ਫਿਟਨੈਸ ਦੇ ਨਾਲ ਨਾਲ ਜਿਹੜੇ ਬਾਡੀ ਬਿਲਡਿੰਗ ਵਾਲੇ ਮੈਕਸੀਮਮ ਪੁਸ਼ਅਪਸ, ਮੈਕਸੀਮਮ ਸਕੁਐਡ, ਮੈਕਸੀਮਮ ਬੈਂਚ ਪ੍ਰੈਸ ਵਗੈਰਾ ਕਰਾਉਂਦੇ, ਉਹਨਾਂ 'ਚ ਫਿਰ ਸਟਰੋਂਗੈਸਟ ਵੂਮੈਨ ਆਫ ਪੰਜਾਬ 'ਚ ਪਾਰਟੀਸਪੇਟ ਕੀਤਾ। ਫਿਰ ਮੈਂ ਐਥਲੈਟਿਕਸ ਜਿੱਦਾਂ ਭਗਵੰਤ ਮਾਨ ਜੀ ਕਰਵਾਉਂਦੇ ਆ, ਖੇਡਾਂ ਵਤਨ ਪੰਜਾਬ ਦੀਆਂ ਜਾਂ ਮਾਸਟਰਸ ਹੁੰਦੀਆਂ ਅਕੋਰਡਿੰਗ ਟੂ ਯੂਅਰ ਏਜ ਕੈਟੇਗਰੀ, ਉਹਦੇ 'ਚ ਮੈਂ ਐਥਲੈਟਿਕਸ ਬਹੁਤ ਪਾਰਟੀਸਪੇਟ ਕੀਤਾ। ਇਹਨਾਂ ਤੋਂ ਬਿਨਾਂ ਮੈਂ ਕਲਚਰਲ ਜਿਵੇਂ ਡਾਂਸ, ਐਕਟਿੰਗ, ਡਰਾਮਾ, ਮਾਡਲਿੰਗ ਵਗੈਰਾ 'ਚ ਵੀ ਪਾਰਟੀਸਪੇਟ ਕਰਦੀ ਰਹਿੰਦੀ ਹਾਂ। ਅਤੇ ਮੇਰੀ ਇੱਕ ਮੂਵੀ ਕਾਲੇ ਅੰਗਰੇਜ਼ ਆ ਰਹੀ ਹੈ ਜਲਦੀ, ਉਹਦੇ 'ਚ ਵੀ ਮੈਂ ਇੱਕ ਰੋਲ ਅਦਾ ਕੀਤਾ। ਜਦੋਂ ਮੈਂ ਸਾਊਥ 'ਚ ਰਹਿੰਦੀ ਸੀ ਤਾਮਿਲਨਾਡੂ, ਉਦੋਂ ਮੈਂ ਇੱਕ ਸੀਰੀਅਲ ਗੰਗਾ ਯਮੁਨਾ ਸਰਸਵਤੀ ਤਾਮਿਲ ਸੀਰੀਅਲ ਸੀ, ਉਹਦੇ 'ਚ ਰੋਲ ਕੀਤਾ ਸੀ। ਮੇਰਾ ਮੈਂ ਸਟੇਜ ਆਰਟਿਸਟ ਵੀ ਹਾਂ, ਇਹਦੇ ਨਾਲ ਨਾਲ ਮੇਰਾ ਐਕਟਿੰਗ ਦਾ ਵੀ ਪੈਸ਼ਨ ਹੈ, ਐਂਡ ਮੈਂ ਸੋਸ਼ਲ ਐਕਟੀਵਿਟੀਜ਼ ਵੀ ਕਰਦੀ ਰਹਿੰਦੀ ਹਾਂ। ਇੱਕ ਸਾਡਾ NGO ਡਵਾਰਫ ਨਾਂ ਦੇ ਨਾਂ ਦਾ, ਉਹਦੇ ਦੀ ਮੈਂ ਪ੍ਰੈਜ਼ੀਡੈਂਟ ਹਾਂ। ਕੁਛ ਨਾ ਕੁਛ ਸੋਸਾਇਟੀ ਲਈ ਵੀ ਅੱਛਾ ਕੰਮ ਕਰਨ ਦਾ ਹਮੇਸ਼ਾ ਸੋਚਦੀ ਹਾਂ, ਨਾਲ ਨਾਲ ਮੈਂ ਐਡਵੋਕੇਟ ਵੀ ਹਾਂ, ਪਰ ਮੇਰਾ ਜ਼ਿਆਦਾ ਪੈਸ਼ਨ ਸਪੋਰਟਸ ਹੀ ਹੈ। ਤੁਸੀਂ ਕਿੰਨੀਆਂ ਗੇਮਸ ਖੇਡੀਆਂ, ਗੇਮਸ ਵਿੱਚ ਜਿੰਮ ਵੀ ਜਾਂਦੇ ਹੋ, ਐਡਵੋਕੇਟ ਵੀ ਹੋ,
ਕਿਵੇਂ ਮੈਨੇਜ ਕਰਦੇ ਹੋ ਸਾਰਾ ਦਿਨ? ਇਹ ਮੈਨੂੰ ਲੱਗਦਾ ਹੁੰਦਾ ਵੀ ਹਾਉ ਯੂ ਮੈਨੇਜ ਯੂਅਰ ਸੈਲਫ, ਤੁਸੀਂ ਆਪਣਾ ਕਿੱਦਾਂ ਆਪਣੇ ਆਪ ਨੂੰ ਮੈਨੇਜ ਕਰਦੇ ਆ। ਮੈਨੂੰ ਤਾਂ ਇੰਨਾ ਕੁਛ ਕਰਕੇ ਵੀ ਲੱਗਦਾ ਹੁੰਦਾ ਵੀ ਮੇਰੇ ਤੋਂ ਫ੍ਰੀ ਕੋਈ ਹੈ ਨਹੀਂ। ਮੇਰੀਆਂ ਦੋ ਬੇਟੀਆਂ ਆ, ਉਹਨਾਂ ਨੇ ਵੀ ਕਦੀ ਮੈਨੂੰ ਇੰਨਾ ਤੰਗ ਨਹੀਂ ਕੀਤਾ। ਮੇਰੇ ਹਸਬੈਂਡ ਆ, ਉਹ ਵੀ ਹੀ ਇਜ਼ ਆਲਸੋ ਵੈਰੀ ਕੋਆਪਰੇਟਿਵ, ਅਤੇ ਮੈਨੂੰ ਕਦੀ ਫੀਲ ਨਹੀਂ ਹੋਇਆ ਵੀ ਮੈਂ ਬਹੁਤ ਕੁਛ ਕਰਦੀ ਹਾਂ। ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਵੀ ਮੇਰੇ ਤੋਂ ਵਿਹਲਾ ਇਨਸਾਨ ਕੋਈ ਹੈ ਨਹੀਂ। ਇਹ ਜਿੱਦਾਂ ਤੁਸੀਂ ਆਪਣੇ ਆਪ ਨੂੰ ਬਣਾ ਲਓ ਬੋਡੀ, ਜਾਂ ਜਿੱਦਾਂ ਜਿੱਦਾਂ ਆਪਣਾ ਸਕੈਜੂਲ ਬਣਾ ਲਓ ਉੱਦਾਂ ਬਣ ਜਾਂਦਾ। ਮੈਮ ਸਰਟੀਫਿਕੇਟ ਵੀ ਬਹੁਤ ਹੋ ਗਏ, ਬਾਕੀ ਪੰਜਾਬ ਦੇ ਤੁਸੀਂ ਗੇਮ ਦੀ ਗੱਲ ਕੀਤੀ ਹੈ, ਜਿਹੜੀ ਪੰਜਾਬ ਦੇ ਵਿੱਚ ਚੱਲਦੀ ਹੈ, ਉਹਦੇ 'ਚ ਜੀ ਭਾਗ ਲਿੱਤਾ ਕਿ ਕਿਹੜੀ ਕਿਹੜੀ ਗੇਮ ਤੁਸੀਂ ਕਰ ਰਹੇ? ਉਹਦੇ 'ਚ ਮੈਂ ਇੱਕ 100 ਮੀਟਰ, ਇੱਕ ਮੈਂ ਕੀਤਾ ਸੀਗਾ ਪਹਿਲਾਂ ਤਾਂ ਜਦੋਂ ਹੋਈਆਂ ਸੀਗੀਆਂ ਮਾਸਟਰਸ, ਉਹ 'ਚ ਮੈਂ 400 ਮੀਟਰ 'ਚ ਵੀ ਕੀਤਾ ਸੀ। ਆਫਟਰ ਦੈਟ ਆਈ ਪਾਰਟੀਸਪੇਟਡ ਇਨ 100 ਮੀਟਰ ਲੌਂਗ ਜੰਪ ਐਂਡ ਸ਼ੋਰਟ ਪੁੱਟ, ਇਹਨਾਂ ਸਾਰਿਆਂ 'ਚ ਮੇਰਾ ਕਿਸੇ 'ਚ ਗੋਲਡ, ਕਿਸੇ 'ਚ ਸਿਲਵਰ ਮੈਡਲ ਆਇਆ। ਜਦਕਿ ਮੈਂ ਇਹ ਚੀਜ਼ ਆਪਣੀ ਲਾਈਫ 'ਚ ਫਸਟ ਟਾਈਮ ਕੀਤੀ ਸੀ, ਅਤੇ ਉਹ ਲੇਡੀਜ਼ ਜਿਹੜੀਆਂ ਪਿਛਲੇ 20-20 ਸਾਲ ਤੋਂ ਖੇਡ ਰਹੀਆਂ ਸੀ, ਜਿੱਤ ਰਹੀਆਂ ਸੀ, ਪਲੱਸ ਜਾਂ ਉਹਨਾਂ ਦੀ ਜੋਬ ਆਪਣਾ ਇਹ ਸਪੋਰਟਸ ਕੋਟੇ ਕਰਕੇ ਹੋਈ ਸੀ, ਉਹ ਨੈਸ਼ਨਲ ਲੈਵਲ ਦੀਆਂ ਪਲੇਅਰ ਸੀ। ਜਦ ਮੈਂ ਜਾ ਕੇ ਉਹਨਾਂ ਨਾਲ ਟੱਕਰ ਲਈ ਅਤੇ ਪੁਜ਼ੀਸ਼ਨ ਲੈ ਕੇ ਆਈ, ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਵੀ ਜਿਹੜਾ ਮੈਂ ਆਪਣਾ ਇੰਨਾ ਹਾਰਡਵਰਕ ਕਰਦੀ ਹਾਂ ਉਹ ਕਿਤੇ ਵੇਸਟ ਨਹੀਂ ਗਿਆ। ਕਿਤੇ ਨਾ ਕਿਤੇ ਆਪਾਂ ਕੁਛ ਵੀ, ਏਜ ਇਜ਼ ਜਸਟ ਅ ਨੰਬਰ, ਤੁਸੀਂ ਕੋਈ ਵੀ ਚੀਜ਼ ਕਿਸੇ ਵੀ ਏਜ ਸਟਾਰਟ ਕਰ ਸਕਦੇ ਹੋ, ਬਸ ਇੱਕ ਤੁਹਾਡੇ 'ਚ ਡੈਡੀਕੇਸ਼ਨ ਅਤੇ ਪੈਸ਼ਨ ਹੋਣਾ ਚਾਹੀਦਾ, ਨਾਲ ਤੁਹਾਡੀ ਫੈਮਲੀ ਦੀ ਸਪੋਰਟ ਹੋਣੀ ਚਾਹੀਦੀ, ਬਹੁਤ ਜ਼ਰੂਰੀ ਹੈ। ਇਹ ਜਦੋਂ ਮੈਂ ਕੈਨੇਡਾ ਗਈ, ਉੱਥੋਂ ਕਿਸੇ ਤੋਂ ਉਹਨਾਂ ਨੂੰ ਪਤਾ ਲੱਗਿਆ ਵੀ ਕਿੱਦਾਂ ਪੰਜਾਬ ਤੋਂ ਮੈਡਮ ਆਏ ਆ, ਕਿਉਂਕਿ ਉੱਥੇ ਬ੍ਰੈਮਟਨ ਮੈਂ ਗਈ ਸੀ, ਉੱਥੇ ਬਹੁਤ ਪੰਜਾਬੀ ਰਹਿੰਦੇ। ਉਹਨਾਂ ਨੂੰ ਪਤਾ ਲੱਗਿਆ ਵੀ ਮੇਰੀਆਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼, ਕਿਉਂਕਿ ਮੈਂ ਉੱਥੇ ਜਿਮ ਜੁਆਇਨ ਕਰ ਲਿਆ ਸੀ। ਫਿਰ ਉਹਨਾਂ ਦੇ ਇੱਕ ਮੈਡਮ ਆਪਣੇ ਸੋਨੀਆ ਸਿੱਧੂ ਜੀ, ਜਿਹੜੇ ਕਿ MP ਹੈਗੇ ਆ ਉੱਥੇ ਆਪਣੀ ਗਵਰਨਿੰਗ ਗਵਰਨਮੈਂਟ ਦੇ, ਉਹਨਾਂ ਨੇ ਮੈਨੂੰ ਵੈਲਕਮ ਕੀਤਾ ਕੈਨੇਡਾ ਆਏ ਤੇ। ਅਤੇ MLA ਪ੍ਰਭਜੋਤ ਸਿੰਘ ਜੀ ਸਰਕਾਰੀਆ, ਉਹਨਾਂ ਨੇ ਮੈਨੂੰ ਵੈਲਕਮ ਕੀਤਾ ਕੈਨੇਡਾ ਆਏ ਤੇ। ਅਤੇ ਮੈਨੂੰ ਬਹੁਤ ਆਪਣੇ ਆਪ 'ਤੇ ਮਾਣ ਮਹਿਸੂਸ ਹੋਇਆ ਬਈ, ਅਤੇ ਮੈਂ ਰੱਬ ਦੀ ਬਹੁਤ ਥੈਂਕਫੁਲ ਹੋਈ ਵੀ ਰੱਬਾ, ਮੈਂ ਤਾਂ ਹਜੇ ਆਪਣੀ ਲਾਈਫ 'ਚ ਕੁਛ ਵੀ ਇੰਨੀ ਅਚੀਵਮੈਂਟ ਨਹੀਂ ਕੀਤੀ, ਪਰ ਮੈਂ ਇਸ ਚੀਜ਼ ਤੋਂ ਇੱਕ ਇਹ ਚੀਜ਼ ਸਿੱਖੀ ਆ ਵੀ ਜੇ ਤੁਹਾਡੇ 'ਚ ਕੋਈ ਵੀ ਕੁਆਲਿਟੀਜ਼ ਹੈ, ਲੋਕ ਉਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦੇ। ਮੈਨੂੰ ਇੰਨੀ ਜਨਤਾ ਦਾ ਪਿਆਰ ਮਿਲਦਾ, ਐਂਡ ਤੁਸੀਂ ਲੋਕ ਮੇਰੇ ਇੰਟਰਵਿਊ ਲੈਣ ਆਉਂਦੇ ਆ, ਹਜੇ ਮੈਨੂੰ ਲੱਗਦਾ ਵੀ ਆਈ ਐਮ ਨਥਿੰਗ, ਆਈ ਐਮ ਜ਼ੀਰੋ, ਪਰ ਜਦੋਂ ਮੈਨੂੰ ਇੰਨਾ ਰਿਗਾਰਡ ਮਿਲਦਾ ਤਾਂ ਮੈਨੂੰ ਲੱਗਦਾ ਵੀ ਹਰੇਕ ਨੂੰ ਆਪਣੀ ਲਾਈਫ 'ਚ ਕੁਛ ਨਾ ਕੁਛ ਹਮੇਸ਼ਾ ਕਰਦੇ ਰਹਿਣਾ ਚਾਹੀਦਾ, ਅਤੇ ਦੁਨੀਆ ਤੁਹਾਨੂੰ ਬਹੁਤ ਐਪਰੀਸ਼ੀਏਸ਼ਨ ਦਿੰਦੀ ਆ ਜੇ ਤੁਹਾਡੇ 'ਚ ਕੁਛ ਅੱਛੀਆਂ ਕੁਆਲਿਟੀਜ਼ ਹੋਣ। ਮੈਂ ਕਾਊਂਟ ਨਹੀਂ ਕੀਤੇ, ਮੈਂ ਵੀ ਬਚਪਨ ਤੋਂ ਹੁਣ ਤੱਕ ਮੈਂ ਵੀ 100 to 100 ਮੈਂ ਕਾਊਂਟ ਨਹੀਂ ਕੀਤੇ, ਪਰ ਤੁਸੀਂ ਆਹ ਦੇਖ ਸਕਦੇ ਪਿੱਛੇ ਸਾਰੇ ਉੱਧਰ ਸਾਰੇ ਨੀਚੇ ਵੀ, ਹਜੇ ਮੇਰੇ ਘਰ ਦੇ ਵੀ ਅੰਦਰ ਬਹੁਤ ਮੇਰੇ ਕੋਲ ਮੈਡਲ ਸਰਟੀਫਿਕੇਟਸ ਹੈ। ਕਈ ਵਾਰ ਮੈਂ ਸੋਚਦੀ ਹੁੰਦੀ ਵੀ ਜਿਹੜੇ ਲੋਕ, ਮੇਰੇ ਮੰਮੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜੇ ਲੋਕਾਂ ਨੂੰ ਜੋਬ ਲੱਗੀ ਆ ਨਾ, ਉਹਨਾਂ ਕੋਲ ਵੀ ਇੰਨੇ ਸਰਟੀਫਿਕੇਟਸ ਨਹੀਂ ਹੋਣੇ ਜਿੰਨੇ ਤੇਰੇ ਕੋਲ ਹੈ। ਬਸ ਮੇਰਾ ਕਹਿ ਦਿਓ ਵੀ ਰਹਿ ਗਿਆ ਜੋਬ ਦਾ ਪੈਸ਼ਨ, ਕਿਉਂਕਿ ਮੇਰੇ ਹਸਬੈਂਡ ਟ੍ਰਾਂਸਫਰੇਬਲ ਜੋਬ 'ਚ ਸੀਗੇ। ਬਸ ਫਿਰ ਆਫਟਰ ਮੈਰਿਜ ਨਹੀਂ, ਹੁਣ ਤਾਂ ਮੇਰੀ ਏਜ ਹੀ ਇੰਨੀ ਹੋ ਗਈ। ਹਾਂ ਨਹੀਂ, ਉਦੋਂ ਕਿਉਂਕਿ ਨਹੀਂ ਉਦੋਂ ਬਸ ਅਸੀਂ ਆਊਟ ਆਫ ਪੰਜਾਬ ਚਲੇ ਗਏ ਸੀ, ਉੱਥੇ ਰਹੇ ਕਾਫੀ ਟਾਈਮ, ਹੁਣ ਥੋੜ੍ਹੇ ਸਾਲ ਪਹਿਲਾਂ ਇੱਥੇ ਪੰਜਾਬ ਵਾਪਸੀ ਹੋਈ ਹੈ, ਅਤੇ ਇਸ ਲਈ ਉਦੋਂ ਤੱਕ ਤਾਂ ਮੇਰੀ ਏਜ ਨਿਕਲ ਚੁੱਕੀ ਸੀਗੀ। ਇਹ ਇੱਕ ਹੋਰ ਤੁਹਾਨੂੰ ਦੱਸਦੀ ਹਾਂ, ਮੈਂ ਲਾਸਟ ਟਾਈਮ ਜਦੋਂ, ਨੋਟ ਦਿਸ ਈਅਰ, ਲਾਸਟ ਟਾਈਮ ਕੈਨੇਡਾ ਗਈ ਸੀ ਤਾਂ ਉੱਥੇ ਉਹਨਾਂ ਨੇ ਵਿਸਾਖੀ ਕੱਪ ਕਰਾਇਆ ਸੀ, ਅਤੇ ਮੇਰਾ ਲੌਂਗੈਸਟ ਡਰਾਈਵ ਨੀਅਰ ਅਬਾਊਟ, ਉੱਥੇ 150 ਲੇਡੀਜ਼ ਆਈਆਂ ਹੋਣੀਆਂ ਆਲ ਓਵਰ ਦੀ ਵਰਲਡ, ਸਾਰੀਆਂ ਸੀ ਗੋਰੀਆਂ ਕਾਲੀਆਂ, ਅਤੇ ਉਹਨਾਂ 'ਚੋਂ ਸਭ ਤੋਂ ਮੇਰੀ ਲੌਂਗੈਸਟ ਡਰਾਈਵ ਸੀ, ਜਦਕਿ ਮੈਂ ਵਿਦਆਊਟ ਪ੍ਰੈਕਟਿਸ ਇੱਦਾਂ ਹੀ ਗੋਲਫ ਖੇਲ ਕੇ ਆ ਗਈ ਸੀ। ਅਤੇ ਇਹ ਵੀ ਮੈਨੂੰ ਇਹੀ ਲੱਗਦਾ ਹੁੰਦਾ ਵੀ ਕਿਉਂਕਿ ਤੁਸੀਂ ਜਿੰਮ ਲਗਾਉਂਦੇ ਆ, ਜਿੰਮ ਨਾਲ ਤੁਹਾਡੇ 'ਚ ਸਟੈਮਿਨਾ ਸਟਰੈਂਥ ਵੱਧ ਜਾਂਦੀ ਆ, ਉਹਦੇ ਕਰਕੇ ਤੁਸੀਂ ਕੋਈ ਵੀ ਗੇਮ ਈਜ਼ੀਲੀ ਪਿਕਅਪ ਕਰ ਸਕਦੇ ਹੋ। ਅਤੇ ਜਿਹੜੇ ਵੀ ਲੋਕ ਕਿਸੇ ਵੀ ਸਪੋਰਟਸ ਹੈਗੇ ਜਾਂ ਕੋਈ ਸਪੋਰਟਸ ਕਰਨਾ ਚਾਹੁੰਦੇ ਆ, ਉਹਨਾਂ ਨੂੰ ਮੈਂ ਇਹੀ ਐਡਵਾਈਸ ਦੇਣਾ ਚਾਹੁੰਦੀ ਹਾਂ ਵੀ ਉਹ ਜ਼ਰੂਰ ਕੋਈ ਨਾ ਕੋਈ ਫਿਟਨੈਸ ਦੀ ਐਕਟੀਵਿਟੀਜ਼ ਕਰਦੇ ਰਹਿਣ, ਉਹਦੇ ਨਾਲ ਤੁਹਾਡਾ ਸਟੈਮਿਨਾ ਸਟਰੈਂਥ ਵਧੂਗਾ, ਅਤੇ ਤੁਹਾਡੀ ਜਿਹੜੀ ਵੀ ਗੇਮ 'ਚ ਤੁਸੀਂ ਹੋ ਉਹ ਤੁਸੀਂ ਬਹੁਤ ਅੱਛੀ ਅੱਗੇ ਉਹਦੀ ਪਰਫਾਰਮੈਂਸ ਕਰ ਸਕਦੇ ਹਾਂ। ਹਾਂਜੀ, ਮੈਂ ਆਪਣਾ ਮਿੰਸ ਫਿਟਨੈਸ ਦੇ ਨਾਂ 'ਤੇ ਆਪਣਾ ਪਰਸਨਲ ਟ੍ਰੇਨਿੰਗ ਸੈਂਟਰ ਚਲਾ ਰਹੀ ਹਾਂ। ਇਹ ਮੈਂ ਕਿਉਂਕਿ ਪਰਸਨਲ ਟ੍ਰੇਨਿੰਗ ਹੀ ਕਰਦੀ ਹਾਂ ਐਟ ਅ ਟਾਈਮ, ਮੇਰੇ ਕੋਲ 1 ਜਾਂ 2 ਇੱਦਾਂ ਦਾ ਸਟੂਡੈਂਟਸ ਹੁੰਦੇ ਆ, ਮੈਂ ਕਿਉਂਕਿ ਸੈਟਅਪ ਵੀ ਛੋਟਾ ਆ ਅਤੇ
बाकी मैनू क्योंकि मैनू हुंदा भी जिहड़ा भी स्टूडेंट है उहनूं तुसीं परसनली अटेंशन दिओ भी ग्रुप च कराउणा दा मेरा इन्ना इंट्रस्ट नहीं है, मैनू परसनल ट्रेनिंग देना अच्छा लगता। मेरी जिदा फैमिली का तुहानू दस्सिया भी वो मैनू किसी चीज़ तो मना नहीं करते, चाहे मैं दिन होवे रात होवे किते किसी चीज़ लई परफॉर्म करन लई जाना होवे वो ऑलवेज मेरी सपोर्ट करते, पर सपोर्ट तुसी इस तरह नहीं कह सकते भी वो मेरे नाल जांदे आ जां मेरा कुछ होर, मतलब मैनू मना नहीं करते, मैनू आज़ादी आ करन दी क्योंकि वो अपने आप च सारे बिजी है ते मैं एक तरह इंडिपेंडेंट ही परसनैलिटी हाँ, मेरे कोई कह दो भी उस्ताद जी भी कोई है नहीं गे, बस रब की बख्शिश कह दो, मेरी सैल्फ पॉलिशिंग कह दो ते हार्ड वर्क कह दो, बाकी थोड़े सारे लोगों का प्यार कह दो। वो जिदा मैं बचपन तो इस चीज़ बिलीव करती हाँ भगती एंड शक्ति, जिदा असी अपने ग्रंथी सिंह देखते हैं प्लीज़ डोंट माइंड, उन्हों का बहुत गुरबाणी कंठ है पर उन्होंने वेट बहुत पुट ऑन किया हुआ है ना, तो मैनू आ भी नाल उन्होंने फिजिकल एक्टिविटी भी जरूर करनी चाहिए है, सानू फिजिकली भी नाल नाल स्ट्रोंग होना चाहिए क्योंकि गुरु गोबिंद सिंह जी ने भी भगती ते शक्ति का कंसैप्ट किया, तो इधरों मीरी ते पीरी का सिद्धांत भी साड़ी सिक्खी च हैगा, इहदा मतलब सानू देग तेग फतेह, मतलब मीन सानू नाल नाल गुरबाणी ते अपना कह दो रिलीजियस भी रहना चाहिए नाल नाल स्ट्रोंग भी रहना चाहिए, दोनों चीज़ा नाल नाल चलनिया चाहिए। मैं तो जो अपना जिम करती हाँ तो मेरे इत्थे जो मैं कल्ली होवां तो मैं शब्द कीर्तन गुरबाणी लगा के ही अपनी एक्सरसाइज करती हाँ, मैनू कीर्तन सुनना बहुत अच्छा लगता। मैं एक थानू दसना चाहनी मेरे आ देखो ये मेरा मल्टीपल डबल कह दो फ्रैक्चर हो गया सी, मेरी तो ये बाजू ही लटक गई सी ते ये मेरे स्टील रॉड पई उस उदों मेरा एक बार सर्जरी प्रॉपर हुई, फिर दोबारा मैं इनू स्टील रॉड नू निकलवाने लई दोबारा फिर सर्जरी कराई, तो सच मन्नो मैं सिर्फ दो दिन रैसट की, जो दो दिन हॉस्पिटल रही, थर्ड डे आंदे मैं ट्रेडमिल चलानी स्टार्ट करती ना लैग वर्कआउट लगाना स्टार्ट करता, मेरे डॉक्टर साहब ने जो ये मैनू मेरी कितने उन्होंने क्लिप देख ली भी ब्याह ते जाके भी डांस करती पई है, तो उन्होंने मैनू फोन करके कहा भी जे हुण तेरे दोबारा फ्रैक्चर हो गया ना फिर तुसी सारी जिंदगी दोबारा गोल्फ नहीं खेल सकते, तो थोड़े बोन पूरी थाई तो निकाल के पानी पैनी बहुत वड्डी ये ना मैं कितने स्टंट करन गई सी, वो सी टाइल ब्रेक करनी सी ते यो मैं चंडीगढ़ भी परफॉर्म किया सी, उस तो पहला घर भी प्रैक्टिस करती रही, हाँ जी मैं ब्लैक बेल्ट कराटे रही नैशनल लैवल दी, ते वो जदों मैं उत्थे परफॉर्म करना सी वो उन्हों का स्टेज सी वुडन है ना, वो मेरे उदो दिमाग च ही नहीं आया भी जदों मैं उन्हों टाइल नू ब्रेक किया सारा प्रैशर बाउंस हो के उल्टा मेरे इत्थे आम ते ही आ गया, तो मेरी स्टेज ते ही कह दो बांह फ्रैक्चर हो गई सी, पर उत्थे किसे सिंगल बंदे नू नहीं पता लग्या भी मेरी बांह फ्रैक्चर हो गई क्योंकि मैं कोई फेस एक्सप्रेशन इदा नहीं किया, फिर मैं 5 मिनट जदों नीचे स्टेज ते अपनी पूरी परफॉर्म करके अपना विश करके सारिआं नू नीचे गई, फिर दोबारा उन्होंने अनाउंस किया मैनू ऑनर करन दे लई, मैं दोबारा जाके अपना रिसीव भी किया एक बांह नू इदा पकड़ के, पर किसी नहीं पता लग्या मेरी बांह फ्रैक्चर हो चुकी है, सारा तुसी इन्ना स्ट्रोंग ताई बनते हैं जे तुसी आप फिजिकली ते मेंटली स्ट्रोंग हो, ते वो फ्लोर गलत होने करके बस मेरी नैगलीजेंस करके मेरा फ्रैक्चर हो गया, मेरी आ उंगली का भी फ्रैक्चर होया होया, मेरे दो सिजेरियन होए हुए। मैं लेडीज़ नू यही कहना चाहनी हाँ भी ये सारे एक्सक्यूजिज़ होंगे है, अद्धिया लेडीज़ के तो यह एक्सक्यूजिज़ होंगे भी मेरी सर्वेंट ने इस टाइम पर आना, मैं इदा नहीं आ सकती, वो नहीं आ सकती, मैनू हुंदा तुसी कुछ भी करना चाहो तुसी कर सकते हो, तुसी कुछ भी मैनेज करना चाहो कर सकते हो, तो सारे एक्सक्यूजेज छड़ के जे तुसी जिम च एक्सरसाइज नहीं करनी, तुसी अपने घर च अपने बैडरूम च, बैडरूम च भी नहीं तो अपने बैड ते ही एक्सरसाइजेज है, स्ट्रैचिंग दी एक्सरसाइज है, तुसी बहुत कुछ हो जो तुसी घर बैठे बैठे ही कर सकते हो, तो कोई ना कोई फिजिकल एक्टिविटी, कोई ना कोई सोसाइटी दे लई कोई गुड वर्क, तो हमेशा करते रहो, तो अपनी हमेशा थिंकिंग पॉजिटिव रखो, लोगों च नुक्स घट कढ़ो, उन्हां दी एप्रीसीएशन ज़्यादा करो, जिद्दां तुसी अपनी थिंकिंग बनाओगे जिद्दां अपना तुसी मन बनाओगे
ਤੁਹਾਨੂੰ ਦੁਨੀਆ ਉੱਦਾਂ ਦੀ ਲੱਗਣੀ ਸਟਾਰਟ ਹੋ ਜਾਏਗੀ। ਜੇ ਮੈਂ ਚੋਰ ਹਾਂ ਮੈਨੂੰ ਸਾਰੇ ਲੋਕ ਚੋਰ ਲੱਗਣਗੇ, ਪਰ ਜੇ ਮੇਰਾ ਦਿਲ ਸਾਫ਼ ਹੈ ਤਾਂ ਮੈਨੂੰ ਸਾਰੇ ਲੋਕ ਚੰਗੇ ਲੱਗਣਗੇ। ਇਸ ਲਈ ਆਪਣਾ ਇੱਦਾਂ ਦਾ ਦਿਮਾਗ ਰੱਖੋ ਵੀ ਸਾਰੇ ਲੋਕ ਤੁਹਾਨੂੰ ਵੀ ਪਿਆਰ ਕਰਨ ਅਤੇ ਤੁਸੀਂ ਵੀ ਸਾਰਿਆਂ ਨੂੰ ਪਿਆਰ ਕਰੋ। ਇੱਕ ਮੈਂ ਬਹੁਤ ਖੁਸ਼ ਹਾਂ ਵੀ ਸਾਡੀ ਕਹਿ ਦਿਓ ਵੀ ਏਸ਼ੀਅਨ ਗੇਮਸ ਦੇ ਵਿੱਚ ਸਾਡੀ ਪੰਜਾਬ ਨੇ ਜਾਂ ਇੰਡੀਆ ਨੇ ਬਹੁਤ ਜ਼ਿਆਦਾ ਮੈਡਲ ਜਿੱਤੇ ਆ। ਇਸ ਚੀਜ਼ ਦੀ ਹਰੇਕ ਨੂੰ ਬਹੁਤ ਬਹੁਤ ਵਧਾਈ ਹੋਵੇ, ਇਹ ਚੀਜ਼ ਦੀ ਬਹੁਤ ਖੁਸ਼ੀ ਹੈ। ਪਰ ਮੈਂ ਆਪਣੀ ਸੈਂਟਰਲ ਗੌਰਮੈਂਟ ਨੂੰ ਅਤੇ ਸਟੇਟ ਗੌਰਮੈਂਟ ਨੂੰ ਇਹੀ ਰਿਕੁਐਸਟ ਕਰਦੀ ਹਾਂ ਵੀ ਜਦੋਂ ਤੁਸੀਂ ਜਿੱਤਣ ਤੋਂ ਬਾਅਦ ਕਈ ਸਰਕਾਰਾਂ 3 ਕਰੋੜ 2 ਕਰੋੜ 1 ਕਰੋੜ ਪੰਜਾਬ ਦੀ ਗੌਰਮੈਂਟ 1 ਕਰੋੜ ਤੋਂ ਸਟਾਰਟ ਕਰਦੀ ਹੈ, ਤੁਸੀਂ ਇੰਨਾ ਪ੍ਰਾਈਜ਼ ਦਿੰਦੇ ਆ, ਤੁਸੀਂ ਇਹ ਚੀਜ਼ਾਂ ਜਦੋਂ ਬੱਚਾ ਸਿੱਖ ਰਿਹਾ ਆ, ਜਦੋਂ ਫਾਈਨੈਂਸ਼ਲੀ ਬਹੁਤ ਵੀਕ ਹੈ, ਤੁਸੀਂ ਇਹ ਚੀਜ਼ਾਂ ਉਦੋਂ ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕਰਦੇ? ਸਗੋਂ ਉਹਨਾਂ ਨੂੰ ਜਿੱਤਣ ਤੋਂ ਪਹਿਲਾਂ ਸਪੋਰਟ ਕਰੋ ਕਿ ਹਰ ਬੱਚਾ ਨਸ਼ੇ ਛੱਡ ਕੇ ਸਪੋਰਟਸ ਵੱਲ ਆਵੇ, ਵੀ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਸਾਨੂੰ ਸਪੋਰਟਸ 'ਚ ਇੰਨੀਆਂ ਫੈਸਿਲਿਟੀਜ਼ ਮਿਲਦੀਆਂ, ਜਿੱਤਣ ਤੋਂ ਬਾਅਦ ਇੰਨੇ ਇੰਨੇ ਪ੍ਰਾਈਜ਼ ਮਿਲਦੇ, ਤਾਂ ਬੱਚੇ ਆਪਣੇ ਆਪ ਨਸ਼ੇ ਛੱਡ ਕੇ ਇੱਧਰ ਆਉਣਗੇ। ਜੇ ਆਪਾਂ ਨਸ਼ੇ ਛੁਡਾਉਣੇ ਆ ਤਾਂ ਸਾਨੂੰ ਸਾਰੇ ਬੱਚਿਆਂ ਨੂੰ ਚੰਗੀਆਂ ਐਕਟੀਵਿਟੀਜ਼, ਸਪੋਰਟਸ ਐਕਟੀਵਿਟੀਜ਼, ਸੋਸ਼ਲ ਐਕਟੀਵਿਟੀਜ਼, ਕਲਚਰਲ ਐਕਟੀਵਿਟੀਜ਼ 'ਚ ਬੱਚਿਆਂ ਦਾ ਇੰਟਰਸਟ ਪ੍ਰਮੋਟ ਕਰਨਾ ਪੈਣਾ, ਨਾਲ ਨਾਲ ਰਿਲੀਜੀਅਸ ਐਕਟੀਵਿਟੀਜ਼ 'ਚ ਵੀ ਬੱਚਿਆਂ ਦਾ ਇੰਟਰਸਟ ਆਪਣਾ ਡਿਵੈਲਪ ਕਰੋ ਵੀ ਉਹ ਚੰਗੇ ਬੱਚੇ ਬਣਨ, ਨਸ਼ੇ ਤਿਆਗਣ ਅਤੇ ਸੁਸਾਇਟੀ ਲਈ ਕੁਝ ਅੱਛਾ ਕਰਕੇ ਜਾਣ। ਪੇਰੈਂਟਸ ਨੂੰ ਵੀ ਉਹਨਾਂ 'ਤੇ ਪ੍ਰਾਊਡ ਹੋਵੇ ਕਿਉਂਕਿ ਇਹ ਨਸ਼ੇ ਸਿਰਫ ਇੱਕ ਤੁਹਾਡੀ ਸਿਹਤ ਨਹੀਂ ਖਰਾਬ ਕਰਦੇ, ਤੁਹਾਡੇ ਪੇਰੈਂਟਸ ਨੂੰ ਵੀ ਬਹੁਤ ਹਰਟ ਕਰਦੇ ਆ ਅਤੇ ਤੁਸੀਂ ਆਪਣੀ ਜਾਨ ਵੀ ਗਵਾ ਸਕਦੇ ਹੋ ਕਦੀ ਵੀ। ਇਸ ਲਈ ਇਹਨਾਂ ਨੂੰ ਛੱਡੋ ਅਤੇ ਆਪਣੀ ਕਿਸੇ ਫਿਜ਼ੀਕਲ ਐਕਟੀਵਿਟੀ ਅੱਛੀ ਕੰਮ ਕਰੋ, ਅੱਛਾ ਸੋਚੋ, ਅੱਛਾ ਕਰੋ। ਬਸ ਮੈਂ ਤਾਂ ਇਹੀ ਕਹੂੰਗੀ ਸਾਰਿਆਂ।